अभी सुन रहे हो चावला न्यूज नेटवर्क टोरंटो CNN टोरंटो। मेरे वालों भी आप जी सारे श्रोतियों से दर्शकों वाहेगुरु जी का खालसा वाहेगुरु जी की फतेह। की हाल चाल, ठीक ठाक हो? बिल्कुल ठीक है जी। प्रोटोकॉल जिहड़े ने उन्हां नूं फॉलो करना बड़ा जरूरी हुंदा। पता लगा कि प्रधानमंत्री दे दौरे दी होई कुताई दी रिपोर्ट पड़तालिया कमेटी ने सुप्रीम कोर्ट नूं सौंपी है, की कहना चाहोगे? जिहड़ी प्रधानमंत्री साहब 5 तरीक नूं आए सी जी, 5 जनवरी 2022 नूं आए सी इत्थे साडे पंजाब दे विच, ते उस टाइम ते प्रधानमंत्री साहब बकायदा तौर ते जिहड़ी बरसात होण कारण उन्हां दा उड़न खटोला जिहड़ा बठिंडे तों हैलीकाप्टर उड़ नहीं सकिया ते उह 22 रोड चल पए। जदों 22 रोड गए ते साडे इहदे पासे किसान ही, तुहानूं पता अजकल अपने आप नूं बड़े फन्ने खा पाउंदे, किसानां ने उन्हां दा विरोध करना सी। हुण जदों विरोध करना सी, इस विरोध की रिपोर्ट प्रधानमंत्री साहब नूं पहला मिल चुकी थी। जे मिल चुकी थी ते उह किसानां दे आगुआं नूं अपने कोल सद के भी मीटिंग कर सकदे सी, देश दे प्रधानमंत्री किसान नूं मिल सकदे सी। क्यों नहीं मिले? जे उत्थों गड्डियां रही तुरे आ, सरकार ने बंदोबस्त करते आ इमीजिएटली, तुसीं दस्सिया भी नहीं पहला, और कोई रूट नहीं लग्या तो रूट लाउणा पैंदा प्रधानमंत्री होण ते जो क्या जी असीं जाणा, प्रोग्राम ताड़ा हैलीकॉप्टर का सी, बरसात बड़ी हो रही थी, हैलीकॉप्टर पैदल जा रहे हो ते अगे जिथे तुसी पहुंचे डेस्टिनेशन उत्थों कोई 15 किलोमीटर पहला एक पुल दे उत्ते इनफॉर्मेशन मिलदी कि अगे किसान बैठे। प्रधानमंत्री साहब उत्थों मुड़ आउंदे, लेकिन उस पुल दे उत्ते इन्हां दे अपने RS दे वर्कर जिहड़े सी प्रधानमंत्री दे हक च नारे मारदे हुंदे नेड़े पुजदे, बाकी किसे लागे नहीं आउंदे। बिल्कुल बिल्कुल, हां जी हां जी। ते प्रधानमंत्री साहब आके उत्थे कहिंदे ने बठिंडा कि अपने मुख्यमंत्री नूं कह दिओ मैं बच के जा रहा। भाई ना तुसी पाकिस्तान सी ते ना तुसी बंगलादेश सीगे, इंडिया दे विच सी, अपने देश दे विच सीगे। प्रधानमंत्री ने जदों किते भी दौरा हुंदा उहनां नाल NSD उहनां नाल SDV ਜਿਹੜੀ 1985 ਚ ਬਣਾਈ ਗਈ ਸੀ ਤੇ ਉਹਦੇ ਉੱਤੇ 3000 ਮੁਲਾਜ਼ਮਾਂ ਦਾ, ਜਿਹੜੇ ਸਿਰਫ ਪ੍ਰਧਾਨ ਮੰਤਰੀ ਦੀ ਰੱਖਿਆ ਕਰਦੇ ਬੜੇ ਟ੍ਰੇਨਡ ਮੁਲਾਜ਼ਮ ਹੁੰਦੇ, ਉਹਨਾਂ ਦੇ ਉੱਤੇ ਬਜਟ ਕਿੰਨਾ ਉਹਨਾਂ ਦਾ ਕਰੀਬ ਜਿਹੜਾ ਉਹਨਾਂ ਦੇ ਬਜਟ ਆ ਜੀ 592 ਕਰੋੜ ਰੁਪਏ ਸਾਲ ਦਾ ਬਜਟ, ਤੇ 500 ਰੋਜ਼ ਦਾ 1,62,00,000 ਰੁਪਇਆ ਉਹਨਾਂ ਦੇ ਖਰਚ, 1,62,00,000। ਜੇ ਫੇਰ ਵੀ ਪ੍ਰਧਾਨ ਮੰਤਰੀ ਦੀ ਅਚੂਕ ਹੋਈ ਆ ਤਾਂ ਉਹਦੇ ਦੀ ਫਿਰ ਸਟੇਟ ਗਵਰਨਮੈਂਟ ਜ਼ਿੰਮੇਵਾਰੀ ਕਿੱਥੋਂ ਆਈ? ਫਿਰ ਜਦੋਂ ਪ੍ਰਧਾਨ ਮੰਤਰੀ ਕਿਤੇ ਆਉਂਦਾ ਵਾ ਉੱਥੇ IB ਉੱਥੇ RAH NSD SDP ਇਹ ਸਾਰੀਆਂ ਏਜੰਸੀਆਂ ਸਰਗਰਮ ਹੁੰਦੀਆਂ ਨੇ ਬਕਾਇਦਾ ਤੌਰ ਤੇ, ਪਹਿਲਾਂ ਉਹ ਰੂਟ ਤੈਅ ਕਰਦੀਆਂ ਨੇ, ਪਹਿਲਾਂ ਜਾ ਕੇ ਵੇਖਦੀਆਂ ਨੇ, ਹਫਤਾ ਹਫਤਾ ਪਹਿਲਾਂ ਜਾ ਕੇ ਪੂਰਾ ਜਾ ਕੇ ਦੌਰਾ ਕਰਦੀਆਂ ਨੇ, ਤੇ ਪ੍ਰਧਾਨ ਮੰਤਰੀ ਸਾਹਿਬ ਫੇਰ ਆਉਂਦੇ ਨੇ, ਤੇ ਜੇ ਪ੍ਰਧਾਨ ਮੰਤਰੀ ਸਾਹਿਬ ਚਲੇ ਗਏ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ, ਪੰਜਾਬ ਦੇ ਜੋ ਮੁੱਖ ਮੰਤਰੀ ਸੀ ਸਾਡੇ ਚੰਨੀ ਸਾਹਿਬ, ਚੰਨੀ ਸਾਹਿਬ ਨੇ ਕਿਹਾ ਜੀ ਮੈਂ ਆਪਣੇ ਕਿਸਾਨਾਂ ਦੀ ਲੱਠ ਵਿੱਚ ਕਿਵੇਂ ਕਰ ਸਕਦਾ, ਮੈਂ ਕਿਉਂ ਕਰੂੰਗਾ ਲੱਠੀ ਜਾ, ਲੇਕਿਨ ਤੁਹਾਡਾ ਰੂਟ ਨੀ ਹੈਗਾ। ਤੁਹਾਡਾ ਰੂਟ ਹੁੰਦਾ ਅਸੀਂ ਪਹਿਲਾਂ ਪਤਾ ਹੁੰਦਾ, ਅਸੀਂ ਕੋਈ ਬੰਦੋਬਸਤ ਕਰਦੇ, ਅਸੀਂ ਕੋਈ ਰੂਟ ਲਾਉਂਦੇ, ਕਿਸਾਨਾਂ ਨੂੰ ਪਿੱਛੇ ਕਰਦੇ, ਤੁਸੀਂ ਦੱਸਿਆ ਕੋਈ ਨੀ ਆਪਣੀ ਬਿਲਕੁਲ 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 ਬਿਲਕੁਲ। ਹੁਣ ਉਹਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਜੀ ਅਸੀਂ ਇਹਦੀ ਜਾਂਚ ਕਰਾਂਗੇ, ਕੇਂਦਰ ਸਰਕਾਰ ਕਹਿੰਦੀ ਅਸੀਂ ਜਾਂਚ ਕਰਾਂਗੇ। ਇਹਨਾਂ ਨੂੰ ਫਿਰ ਸਾਡੇ ਜਿਹੜੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਦੋਵਾਂ ਮਾਰੇ ਦਫ਼ਤਰ, ਤੁਸੀਂ ਦੋਵੇਂ ਜਾਂਚ ਨੀ ਕਰੋ, ਇਹਦੇ ਵਿੱਚ ਜਾਂਚ ਹੁਣ ਸੁਪਰੀਮ ਕੋਰਟ ਕਰੇ। ਸੁਪਰੀਮ ਕੋਰਟ ਨੇ ਇੱਕ ਜਸਟਿਸ ਇੰਦੂ ਮਲਹੋਤਰਾ ਵਾ, ਇਹ ਜਸਟਿਸ ਇੰਦੂ ਮਲਹੋਤਰਾ ਸਿੱਧੀ ਸੁਪਰੀਮ ਕੋਰਟ ਦੀ ਜੱਜ ਬਣੀ ਸੀ ਤੇ ਇਹਨੇ ਇੰਨੀ ਗੱਲ ਕਹੀ ਸੀ, ਇਹ ਸਾਬਕ ਜੱਜ ਗੱਲ ਜਦੋਂ ਜੱਜ ਸੀ ਤੇ ਜਦੋਂ ਇਹਦੇ ਕੋਲ ਕੇਸ ਗਿਆ ਨਾ ਕਿ ਫਲਾਣੇ ਮੰਦਰ ਚ ਔਰਤਾਂ ਨੂੰ ਐਂਟਰ ਹੋਣ ਦੀ ਆਗਿਆ ਦਿੱਤੀ ਜਾਂਦੀ ਤੇ ਕਹਿੰਦੀ ਜੀ ਨਾ ਜਾਓ ਫਿਰ ਨਹੀਂ ਅੰਦਰ। ਹੁਣ ਇਹ ਇੰਦੂ ਮਲਹੋਤਰਾ ਦੀ ਅਗਵਾਈ ਹੋਈ ਇੱਕ ਟੀਮ ਬਣੀ, ਉਹਦੇ ਵਿੱਚ ਇੱਕ NNMI ਦੇ DG ਨੂੰ ਲਾਇਆ ਗਿਆ, DGP ਸਾਡਾ ਪੰਜਾਬ ਦਾ ਲਾਇਆ ਗਿਆ, ADGP ਪੰਜਾਬ ਸਿਕਿਉਰਿਟੀ ਲਾਇਆ ਗਿਆ, ਫਿਰ ਰਜਿਸਟਰ ਹੋਰ ਲਾਇਆ ਗਿਆ। ਇਹਦੇ ਚ ਕੋਈ 7-8 ਕੇਂਦਰੀ ਕਮੇਟੀ ਬਣਾਈ ਗਈ ਵੀ ਤੁਸੀਂ ਜਾਂਚ ਕਰੋ।
ਉਹ ਉਦੋਂ ਤੋਂ ਜਾਂਚ ਕਰਦੇ ਸੀ ਤੇ ਹੁਣ ਜਾਂਚ ਰਿਪੋਰਟ ਉਹਨਾਂ ਨੇ ਆਪਣੀ ਸੌਂਪ ਦਿੱਤੀ ਹੈ ਤੇ ਸੁਪਰੀਮ ਕੋਰਟ ਕਦੋਂ ਉਹ ਜਾਂਚ ਰਿਪੋਰਟ ਖੋਲਦੀ ਹੈ ਤੇ ਪਤਾ ਨਹੀਂ। ਲੇਕਿਨ ਇਹਦੀ ਗਾਹ ਜਿਹੜੀ ਆ ਉਹ ਪੰਜਾਬ ਦੇ ਅਫਸਰਾਂ ਤੇ ਲਾਜ਼ਮੀ ਡਿੱਗਣੀ ਡਿੱਗੇ। ਜੇ ਬੀਬੀ ਇਹ ਕਹਿ ਰਹੀ ਹੈ ਕਿ ਮੰਦਰਾਂ ਦੇ ਵਿੱਚ ਜਾਣ ਵਾਸਤੇ ਮਨਾਹੀਏ ਤੇ ਨਾ ਜਾਓ ਤੇ ਉਹ ਰਿਪੋਰਟ ਤੋਂ ਹੀ ਆਪ ਹੀ ਦੇਖ ਲਓ, ਪਿੰਡ ਤੇ ਬਾਰ ਬਾਰ ਪਏ ਗੁਹਾਰਿਆਂ ਤੋਂ ਪਤਾ ਲੱਗ ਗਿਆ ਕਿ ਰਿਪੋਰਟ ਕੀ ਹੋਊਗੀ, ਪਿੰਡ ਕਿਹੋ ਜਿਹਾ ਹੋਊਗਾ। ਵੇਖੋ ਗਾਹ ਚੰਨੀ ਸਾਹਿਬ ਤੇ ਡਿੱਗਦੀ ਆ, ਡੀਜੀਪੀ ਤੇ ਡਿੱਗਦੀ ਆ, ਹੋਰ ਸਿਕਿਉਰਿਟੀ ਡਿੱਗਦੀ ਆ, ਕਿਉਂਕਿ ਜਿਹੜਾ ਸਾਡੇ ਆਈ ਜੀ ਸੀ ਉਹਨਾਂ ਦੇ ਇਮੀਡੀਏਟਲੀ ਰੂਟ ਬਦਲੇ ਗਏ ਸੀ। ਭਾਈ ਤੂੰ ਫਾਜ਼ਿਲਕਾ ਚੱਲਦਾ, ਤੂੰ ਤੂੰ ਟਿੰਗੜੀ ਚੱਲਦਾ, ਜਿਹੜੇ ਸ਼ੀਨਾ ਬਠਿੰਡਾ ਦੇ ਆਈ ਜੀ ਸੀ ਉਹਨਾਂ ਨੂੰ ਭੇਜ ਦਿੱਤਾ ਸੀ ਇਮੀਡੀਏਟਲੀ ਫਿਰੋਜ਼ਪੁਰ, ਤੇ ਜਿਹੜੇ ਜਸਕਰਨ ਸਿੰਘ ਸੀ ਉਹਨਾਂ ਬਠਿੰਡੇ ਭੇਜ ਦਿੱਤਾ, ਇਮੀਡੀਏਟਲੀ ਚਿੰਨ ਕੀਤਾ ਸੀ ਭਾਈ ਪ੍ਰਧਾਨ ਮੰਤਰੀ ਸਾਹਿਬ ਦਾ ਰੂਟ ਲਿਖਣਾ ਹੈ। ਅੱਛਾ ਇੱਕ ਹੁਣ ਦੱਸੋ ਜੀ। ਜੀ ਚਲ ਹਾਂਜੀ ਚਲੋ ਆਪਾਂ ਸਮਾਂ ਸਾਡੇ ਕੋਲ ਥੋੜ੍ਹਾ ਹੁੰਦਾ, ਜਿਵੇਂ ਲੰਮੀਆਂ ਕਹਾਣੀਆਂ ਦੇ ਵਿੱਚ ਸਾਡੇ ਕੋਲ ਸਵਾਲ ਬਾਕੀ ਰਹਿ ਜਾਂਦੇ ਨੇ। ਪੰਜਾਬ ਦੇ ਬਾਲ ਘਰਾਂ ਵਿੱਚ ਲਾਪਤਾ ਹੋਏ ਬੱਚਿਆਂ ਦੀ ਜਾਂਚ, ਇਹ ਵੀ ਜਾਂਚ ਵਾਲੀ ਗੱਲ ਹੈ। ਡੀ ਜੀ ਪੀ ਆਏ ਹਰਕਤ ਵਿੱਚ, ਏ ਡੀ ਜੀ ਪੀ ਨੂੰ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ, ਗੁੰਮ ਹੋਣ ਵਾਲੇ ਵਾਲਿਆਂ ਵਿੱਚ ਵਧੇਰੇ ਕਰਕੇ ਲੜਕੀਆਂ ਦੱਸੀਆਂ ਜਾ ਰਹੀਆਂ ਨੇ। ਬਿਲਕੁਲ ਠੀਕ ਹੈ, 9824 ਬੱਚੇ ਜਿਹੜੇ ਸੀ 2013 ਤੋਂ ਲੈ ਕੇ ਤੇ 2022 ਤੱਕ, ਸੱਤ ਸਾਡੇ ਪੰਜਾਬ ਚ ਜਿਹੜੇ ਆ ਉਹ ਬਾਲ ਘਰ ਨੇ ਸਰਕਾਰੀ ਤੇ ਕੁਛ ਮਾਨਤਾ ਪ੍ਰਾਪਤ ਨੇ। ਇਹਨਾਂ ਦੇ ਵਿੱਚੋਂ 9824 ਦੇ ਕਰੀਬ ਦੇ ਬੱਚੇ ਗੁੰਮ ਹੁੰਦੇ ਆ ਤੇ ਉਹਦੇ ਵਿੱਚੋਂ ਜਿਹੜੇ ਬਾਕੀ ਬੱਚੇ 83-94 ਲੱਭ ਲੈ ਜਾਂਦੇ। ਲੇਕਿਨ 1450 ਬੱਚੇ ਪੁਲਿਸ ਅੱਜ ਤੱਕ ਨੀ ਪੇਸ਼ ਕਰ। ਸਭ ਤੋਂ ਮਾੜੀ ਗੱਲ ਇੱਥੇ ਕੀ ਆ, ਇਹਨਾਂ ਦੇ ਵਿੱਚ 1019 ਲੜਕੀਆਂ ਨੀ ਜੀ ਗੁੰਮ ਹੋਈਆਂ, 1019 ਲੜਕੀਆਂ ਗੁੰਮ ਹੋਈਆਂ ਤੇ ਉਹਨਾਂ ਦਾ ਇਸਤੇਮਾਲ ਕਿਵੇਂ ਕੀਤਾ ਜੋ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ। ਇਹ ਰਿਪੋਰਟ ਛੱਪੀ ਸੀ ਕੱਲ ਜਾਗਰਣ ਦੇ ਵਿੱਚ, ਪੰਜਾਬੀ ਜਾਗਰਣ ਦੇ ਵਿੱਚ। ਉਹ ਜਾਗਰਣ ਰਿਪੋਰਟ ਤੋਂ ਬਾਅਦ ਫਿਰ ਡੀ ਜੀ ਪੀ ਹਰਕਤ ਗੌਰਵ ਯਾਦਵ ਜਿਹੜੇ ਸਾਡੇ ਇੱਥੇ ਏਸ ਪੀ ਦੇ ਅੰਮ੍ਰਿਤਸਰ ਦੇ ਮਿਹਨਤੀ ਬੰਦਾ, ਕਾਫੀ ਮਿਹਨਤੀ ਬੰਦਾ, ਔਰ ਸਾਡੇ ਜਿਹੜੇ ਸਾਬਕਾ ਡੀ ਜੀ ਪੀ ਰਹੇ ਪੂਰਨ ਚੰਦ ਜੋਗਰਾ ਉਹਨਾਂ ਦੀ ਜਵਾਈ, ਤੇ ਇਹਨੇ ਇਹਦੇ ਨੋਟਿਸ ਦਵਾਈ, ਉਹਨੇ ਬਕਾਇਦਾ ਤੌਰ ਤੇ ਇੱਕ ਏ ਡੀ ਜੀ ਪੀ ਦੀ ਡਿਊਟੀ ਲਾਈ ਆ, ਭਾਈ ਜਿਹੜੇ 1450 ਬਾਕੀ ਬੱਚੇ ਲੱਭੇ ਜੀ ਉਹਨਾਂ ਦਾ ਪਤਾ ਕਰੋ ਕਿੱਥੇ ਨੇ, ਇਹਦੀ ਪੂਰੀ ਰਿਪੋਰਟ ਛਾਣਬੀਣ ਕਰੋ ਵੀ ਕਿਵੇਂ ਆ ਇੱਥੇ, ਕਿਵੇਂ ਨਹੀਂ ਹੈ। ਹੁਣ ਤੁਹਾਨੂੰ ਪਤਾ ਕਈ ਜਿਹੜੇ ਬਾਲ ਘਰ ਬਣਾਏ ਗਏ ਪ੍ਰਾਈਵੇਟ, ਕਈ ਤਸ਼ੱਦਦ ਵੀ ਕਰਦੇ ਉਹਨਾਂ ਬੱਚਿਆਂ ਦੇ ਉੱਤੇ, ਵੀਡੀਓ ਵਾਇਰਲ ਹੋ ਚੁੱਕੀ ਹੈ, ਉਹਨਾਂ ਦੇ ਮੁੜ ਕੇ ਕਾਰਵਾਈ ਵੀ ਹੋਈ ਹੈ। ਇਸ ਕਰਕੇ ਇਹ ਬੜਾ ਸੰਜੀਦਾ ਮਾਮਲਾ ਵਾ, ਬਹੁਤ ਸੰਜੀਦਾ ਮਾਮਲਾ, ਵੀ ਜੇ ਸਰਕਾਰੀ ਬਾਲ ਘਰਾਂ ਦੇ ਵਿੱਚੋਂ ਬੱਚੇ ਗੁੰਮ ਹੋ ਗਏ ਤੇ ਫਿਰ ਸੁਰੱਖਿਆ ਬੰਦੀ ਕਿੱਥੇ ਆ, ਜਿੱਥੇ ਤੁਹਾਡੇ ਕੋਲ ਸਿਕਿਉਰਿਟੀ ਆ, ਤੁਸੀਂ ਉਹਦੇ ਬਾਅਦ ਪੁਲਿਸ ਵੀ ਲਾਈ ਹੁੰਦੀ ਆ, ਉਹਨਾਂ ਦੇ ਆਪਣੇ ਜਿਹੜੇ ਵਰਕਰ ਵੀ ਹੁੰਦੇ, ਉਹਨਾਂ ਦੇ ਆਪਣੇ ਜਿਹੜੇ ਕਰਿੰਦੇ ਵੀ ਹੁੰਦੇ ਆ, ਜੇ ਉਹਨਾਂ ਤੋਂ ਵੱਧ ਗੁੰਮ ਹੋ ਗਏ ਤੇ ਫਿਰ ਬਾਕੀ ਕਿੱਥੇ ਆ, ਕਿਉਂਕਿ ਇਹਨਾਂ ਬੱਚਿਆਂ ਤੋਂ ਉੱਥੇ ਤਸ਼ੱਦਦ ਵੀ ਕੀਤਾ ਜਾਂਦਾ ਤੇ ਬੱਚੇ ਆਜ਼ਾਦ ਫਜ਼ਾ ਚਾਹੁੰਦੇ ਆ ਤੇ ਉਹਦੇ ਕਰਕੇ ਵੀ ਕਈ ਭੱਜ ਜਾਂਦੇ ਉੱਥੋਂ, ਵੀ ਭੱਜ ਉੱਥੋਂ ਕੋਈ ਗੱਲ ਜੀ। ਹੁਣ ਉਹਨਾਂ ਨੂੰ ਇਹ ਨੀ ਪਤਾ ਜਾਣਾ ਕਿੱਥੇ ਆ ਜੀ, ਅਗਲੇ ਪਾਸੇ ਦਿਖਾਈ ਕੁਛ ਨੀ ਦਿੰਦਾ ਜੀ ਜੀ, ਉਹ ਫਿਰ ਜਦੋਂ ਗਲਤ ਚਿੱਟੇ ਚਾਹ ਦਿੰਦੇ ਤੇ ਫਿਰ ਉਹਨਾਂ ਦੀ ਦੁਰਵਰਤੋਂ ਕੀਤੀ ਜਾਂਦੀ ਆ, ਉਹਨਾਂ ਦਾ ਗਲਤ ਇਸਤੇਮਾਲ ਕੀਤਾ ਜਾਂਦਾ। ਤੇ ਹੁਣ ਡੀ ਜੀ ਪੀ ਨੇ ਨੋਟਿਸ ਲਿਆ, ਉਹ ਚੰਗੀ ਗੱਲ ਹੈ ਕਿ 1450 ਬੱਚੇ ਬਾਕੀ ਲੱਭਣ ਵੀ ਪਤਾ ਕਰੋ ਕਿੱਥੇ। ਸਾਡੇ ਨਾਲ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ। ਹੈਲੋ ਜੀ, ਚਾਵਲਾ ਸਾਹਿਬ ਤੇ ਭੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਭਾਈ ਫਤਿਹ ਜੀ ਜੀ। ਮੇਰੇ ਛੋਟੇ ਛੋਟੇ ਦੋ ਸਵਾਲ ਹੈ ਭੱਟੀ ਸਾਹਿਬ ਜੀ। ਅੱਜ ਕੱਲ ਮੀਡੀਆ ਦੇ ਉੱਤੇ ਇੱਕ ਵਕੀਲ ਸਾਹਿਬ ਨੇ ਪੰਜਾਬ ਦੇ, ਬਹੁਤ ਚਰਚਾ ਦੇ ਵਿੱਚ ਬਣੇ ਹੋਏ ਨੇ। ਉਹਨਾਂ ਨੇ ਜਦੋਂ ਅਕਾਲੀ ਗੌਰਮੈਂਟ ਦੀ ਸਰਕਾਰ ਸੀਗੀ ਤੇ 13 ਵਿਧਾਇਕਾਂ ਨੇ ਕੁਛ ਪਤਾ ਨਹੀਂ ਪਰਸਨਲ ਸੈਕਟਰੀ ਰੱਖ ਲਏ ਸੀ ਤੇ ਉਹਨਾਂ ਨੇ ਮੁੱਖ ਕੋਰਟ ਵਿੱਚ ਐਪਲੀਕੇਸ਼ਨ ਪਾਈ ਸੀ ਤੇ ਉਹਨੂੰ ਅਕਾਲੀ ਨੂੰ ਬਖਸ਼ ਪਾ ਤਾ ਸੀ ਇਹਨਾਂ ਨੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਕਾਂਗਰਸ ਨੇ ਕਿਸ਼ੋਰ ਕੁਮਾਰ, ਪ੍ਰਸ਼ਾਂਤ ਕਿਸ਼ੋਰ ਨਾਮ ਮੈਨੂੰ ਪਤਾ ਕੀ ਹੈ, ਉਹਨੂੰ ਵੀ ਉਹਨਾਂ ਨੂੰ ਹਾਇਰ ਕੀਤਾ ਸੀਗਾ ਤੇ ਉਸ ਤੇ ਵੀ ਇਹ ਵਕੀਲ ਸਾਹਿਬ ਨੇ ਮੁਕੱਦਮਾ ਲੜਿਆ ਤੇ ਉਹ ਪ੍ਰਸ਼ਾਂਤ ਕਿਸ਼ੋਰ ਪੰਜਾਬ ਛੱਡ ਕੇ ਚਲੇ ਗਿਆ। ਹੁਣ ਰਾਘਵ ਚੱਡਾ ਦੇ ਉੱਤੇ ਵੀ ਇਸ ਵਕੀਲ ਸਾਹਿਬ ਨੇ ਐਪਲੀਕੇਸ਼ਨ ਪਾਈ ਹੋਈ ਆ। ਭੱਟੀ ਸਾਹਿਬ ਕੀ ਸੋਚਦੇ ਹੋ, ਐਸੇ ਇਮਾਨਦਾਰ ਵਕੀਲ ਸਾਹਿਬ ਜਿਹੜੇ ਮੁਕੱਦਮਾ ਲੜ ਰਹੇ, ਉਹਨੇ ਜਿੱਤ ਵੀ ਰਹੇ ਨੇ, ਇਹਨਾਂ ਨੂੰ ਜਿੱਦਾਂ ਹੁਣ ਸਾਡੇ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ, ਬਰਗਾੜੀ ਕਾਂਡ ਹੋਇਆ, ਇੱਦਾਂ ਦੇ ਇਮਾਨਦਾਰ ਵਕੀਲਾਂ ਨੂੰ ਅੱਗੇ ਆਪਣੇ ਆਪ ਨਹੀਂ ਆਉਣਾ ਚਾਹੀਦਾ। ਦੂਸਰਾ ਮੈਨੂੰ ਇਹ ਦੱਸਿਓ ਕਿ ਫਕਰੇ ਕੌਮ ਨੇ ਜਿੱਦਾਂ ਹੁਣ
राष्ट्रपति दे वास्ते एक लेडी दी चुनाव हुई चूज किया उन्होंने मद्रास की पता नहीं साउथ इंडियन है तो उन्होंने बगैर शर्त हिमायत देती उन्होंने तो हुण बाद च कहिंदे जी असीं उन्होंने लैटर देवांगे कि साडे बंदी सिंघां दी रिहाइश का ख्याल रखो कि ये पहला लोग सुते हुए थे हिमायत देने तो पहला जिदा इन्होंने पहला गवर्नमेंट से उदो ही लोग सुते हुए थे इस बारे दस्सिया जी मेहरबानी ਜਿਹੜੀ ਗੱਲ ਤੁਸੀਂ ਕੀਤੀ ਆ ਜੀ ਜਗਮੋਹਨ ਸਿੰਘ ਪੱਟੀ ਐਡਵੋਕੇਟ ਉਹਨਾਂ ਨੇ ਬਕਾਇਦਾ ਤੌਰ ਤੇ ਪਹਿਲਾਂ ਜਦੋਂ ਇਹਨਾਂ ਪਾਰਲੀਮੈਂਟ ਸੈਕਟਰੀ ਲਗਾਏ ਸੀ ਬਾਦਲ ਸਾਹਿਬ ਨੇ ਉਦੋਂ ਵੀ ਉਹ ਕੋਰਟ ਚ ਗਏ ਸੀ ਤੇ ਬਕਾਇਦਾ ਤੌਰ ਤੇ ਕਿਹਾ ਸੀ ਕਿ ਇਹ ਸੰਵਿਧਾਨ ਗੈਰ ਸੰਵਿਧਾਨਕ ਉਹਨਾਂ ਸਾਰਿਆਂ ਨੂੰ ਘਰ ਨੂੰ ਤੋਰਿਆ ਸੀਗਾ ਜਦੋਂ ਪ੍ਰਸ਼ਾਦ ਕੌਰ ਜਿਹੜਾ ਪੀਕੇ ਪੀਕੇ ਨੂੰ ਲਾਇਆ ਗਿਆ ਸੀ ਪ੍ਰਸ਼ਾਂਤ ਕਿਸ਼ੋਰ ਨੂੰ ਇੱਥੇ ਲਾਇਆ ਗਿਆ ਸੀ ਕੈਬਨਿਟ ਰੈਂਕ ਦੇ ਕੇ ਤੇ ਉਦੋਂ ਵੀ ਉਹਨੇ ਕੇਸ ਕੀਤਾ ਤੇ ਉਹਦੀ ਤੇ ਵੈਸੇ ਦੇ ਵਿਧਾਇਕਾਂ ਦੀ ਮੰਨੀ ਸੀ ਉਹਨੂੰ ਵਾਪਸ ਲੈਣਾ ਪਿਆ ਸੀ ਉਹਦੇ ਵਿੱਚ ਗੱਲ ਕਰਦੀ ਸੀ ਆਪਾਂ ਜਗਮੋਹਨ ਸਿੰਘ ਪੱਟੀ ਵੀ ਰਹਿੰਦੇ ਜੀ ਹੁਣ ਜਿਹੜੀ ਵੀਰ ਜੀ ਨੇ ਗੱਲ ਕੀਤੀ ਮੈਂ ਕਿਹਾ ਜੀ ਇਹ ਹੈਗਾ ਕੋਨਸਟੀਟਿਊਸ਼ਨ ਕੰਮ ਜਿਹੜਾ ਉਹ ਲੜ ਰਹੇ ਤੇ ਰਾਹਗੁਰ ਚੱਡਾ ਦਾ ਲੜਿਆ ਜਾਂ ਉਹਨਾਂ ਨੇ ਪਹਿਲਾਂ ਪੀਕੇ ਦਾ ਲੜਿਆ ਜਾਂ ਪਹਿਲਾਂ ਉਹਨਾਂ ਨੇ ਪਾਰਲੀਮੈਂਟ ਸੈਕਟਰੀ ਲੜਿਆ ਜਿਹੜਾ ਦੂਸਰਾ ਗੁਰੂ ਗ੍ਰੰਥ ਸਾਹਿਬ ਦਾ ਉਹ ਕ੍ਰਿਮੀਨਲ ਕੰਮ ਉਹ ਕ੍ਰਿਮੀਨਲ ਕੇਸ ਸੰਵਿਧਾਨਕ ਜੀਵਨ ਫਰਕ ਹੁੰਦਾ ਹੁਣ ਜਿਹੜੇ ਉਹ ਕ੍ਰਿਮੀਨਲ ਕੇਸ ਉਹ ਸਾਡੇ ਆਲਰੇਡੀ ਇੱਕ ਵੀ ਕਈ ਵਕੀਲ ਕੇਸ ਲੜ ਰਹੇ ਨੇ ਬਿਨਾਂ ਫੀਸ ਤੇ ਲੜ ਰਹੇ ਨੇ ਉਹਦੇ ਬਾਰੇ ਸ਼ਾਇਦ ਆਪਾਂ ਕੱਲ ਗੱਲ ਕੀਤੀ ਆ ਸ਼ਾਮਾਂ ਨੂੰ ਕਰਾਂਗੇ ਆਪਾਂ ਉਹਦੇ ਵਿੱਚ ਵੀ ਬਕਾਇਦਾ ਤੌਰ ਤੇ ਸਰਕਾਰ ਨੇ 15 ਦਿਨ ਦਾ ਟਾਈਮ ਹੋਰ ਲਿਆ ਵੀ 15 ਦਿਨ ਤੁਹਾਨੂੰ ਅਸੀਂ ਇਨਸਾਫ਼ ਲੈ ਕੇ ਦਿਆਂਗੇ ਜੀ 3 ਮਹੀਨੇ ਸੀ 15 ਦਿਨ ਹੋਰ ਮੰਗੇ ਤੇ ਉਹਨਾਂ ਨੇ 24 ਤਰੀਕ ਨੂੰ ਉੱਥੇ ਬਕਾਇਦਾ ਤੌਰ ਤੇ ਇੱਕ ਵੱਡਾ ਇਕੱਠ ਬਣਾ ਲਿਆ ਨਾਲ ਉੱਥੇ ਜਾਣਗੇ ਸਰਕਾਰ ਦੇ ਵਕੀਲ ਜਿਹੜੇ ਸਰਕਾਰੀ ਵਕੀਲ ਆ ਜੇ ਇਨਸਾਫ਼ ਨਹੀਂ ਮਿਲਿਆ ਤਾਂ ਉਹਨਾਂ ਕਿ ਧਰਨੇ ਤੁਹਾਡੇ ਨਾਲ ਅਸੀਂ ਬੈਠਾਂਗੇ ਜੀ ਲੇਕਿਨ ਹੁਣ ਤੱਕ ਜਿਹੜੀ ਕਾਰਗੁਜ਼ਾਰੀ ਉਹਨਾਂ ਵਕੀਲਾਂ ਦੀ ਹੈਗੀ ਹੈ ਉਹਨਾਂ ਨੇ 2 ਰਿੱਟਾਂ ਜਿਹੜੀਆਂ ਸੀ ਪਈਆਂ ਸੀ ਉਹ ਖਾਰਜ ਕਰਾਤੀਆਂ ਹਾਈਕੋਰਟ ਦੇ ਵਿੱਚ ਇੱਕ ਪੈਂਡਿੰਗ ਹੈ ਜੀ ਜੀ ਇਸ ਕਰਕੇ ਇਹ ਜਿਹੜਾ ਗਾ ਸੰਵਿਧਾਨਕ ਮਾਮਲਾ ਵਾ ਕਿਉਂ ਵਕੀਲਾਂ ਦੀ ਵੱਖੋ ਵੱਖਰੀ ਆਪਣੀ ਹੁੰਦੀ ਕੋਈ ਕ੍ਰਿਮੀਨਲ ਹੁੰਦਾ ਕੋਈ ਸਿਵਲ ਦਾ ਹੁੰਦਾ ਕੋਈ ਸੰਵਿਧਾਨਕ ਹੁੰਦਾ ਹੁਣ ਜਿਹੜੇ ਜਗਮੋਹਨ ਸਿੰਘ ਭੱਟੀ ਕਰਦੇ ਜ਼ਿਆਦਾ ਸੰਵਿਧਾਨਕ ਜਿਹੜੇ ਕੇਸ ਕਰਦੇ ਨੇ ਕ੍ਰਿਮੀਨਲ ਸ਼ਾਇਦ ਮੇਰੇ ਖਿਆਲ ਨਹੀਂ ਕਰਦੇ ਮੈਂ ਜੋ ਸੁਣਿਆ ਉਹਦੀ ਮੈਂ ਗੱਲ ਕਰ ਰਿਹਾ ਤੁਸੀਂ ਕਹਿੰਦੇ ਜੀ ਮੈਂ ਜਿੰਨੇ ਕੇਸ ਕੀਤੇ ਪ੍ਰਾਪਤ ਕੀਤੀ ਉਹਦੇ ਵਿੱਚ ਇਹਨਾਂ ਦੇ ਇਸ ਕਰਕੇ ਤੁਹਾਡੀ ਗੱਲ ਠੀਕ ਆ ਇਹ ਕੇਸ ਲੜਨੇ ਚਾਹੀਦੇ ਉਹਨਾਂ ਨੂੰ ਜੇ ਲੜ ਸਕਦੇ ਜ਼ਰੂਰ ਲੜਨੇ ਚਾਹੀਦੇ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਦੇ ਨੇ ਜੀ ਅੱਛਾ ਪੱਟੀ ਸਾਹਿਬ ਇੱਕ ਪੱਟੀ ਵਾਲੀ ਤਰਜ ਦੇ ਉੱਤੇ ਕਾਂਡ ਹੋਇਆ ਉਹ ਤਾਂ ਟੈਲੀਫੋਨ ਤੇ ਸੀ ਇਹ ਆਮੋ ਸਾਹਮਣੇ ਆ ਤੇ ਸੋਸ਼ਲ ਨੈਟਵਰਕ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਹੈ ਇਹ ਬੀਬੀ ਹੈ ਲੁਧਿਆਣਾ ਦੇ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਹਾਂਜੀ ਇੱਕ ਤਾਂ ਸ਼ੀਨਾ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਪਿੰਡ ਵੀ ਕਾਫੀ ਵੱਡਾ ਵੱਡੇ ਵੱਡੇ ਬੰਦੇ ਹੋਏ ਉੱਥੋਂ ਦੇ ਹਨਾ ਇਹ ਸ਼ੀਨਾ ਹਾਂ ਇਹ ਮੈਡਮ ਜਿਹੜੀ ਹੈ ਉਹ ਜਿਹੜੀ ਉੱਥੇ ਗਈ ਆ ਆਫਿਸਰ ਉਹਨੂੰ ਰੇਡ ਕਰਨ ਤੋਂ ਪਹਿਲਾਂ ਕਹਿੰਦੀ ਵੀ ਤੇਰੀ ਜ਼ਰੂਰਤ ਕਿੱਦਾਂ ਪਈ ਕਹਿਣ ਤੋਂ ਭਾਵ ਇਹੀ ਆ ਕਹਿ ਨਹੀਂ ਰਹੀ ਉਹ ਵੀ ਤੈਨੂੰ ਕਹਿੰਦੀ ਵੀ MLA ਦਾ ਨਹੀਂ ਪਤਾ ਵੀ ਕੌਣ ਆ ਮੈਂ ਜੋ ਸਵਾਲ ਪੁੱਛਦੀ ਪਈ ਹਾਂ ਵੀ ਤੈਨੂੰ DCP ਨੇ ਕਿਹਨੂੰ ਮਿਲਣ ਨੂੰ ਕਿਹਾ ਜਾ ਕੇ ਪਹਿਲਾਂ ਮੈਂ ਤੈਨੂੰ ਮਿਲਾਂ ਅਤੇ ਕਤਲ ਕਰਨ ਵਾਲੇ ਕਤਲ ਕਰਕੇ ਭੱਜ ਜਾਣ ਹਾਂਜੀ ਗੈਂਗਸਟਰ ਭੱਜ ਜਾਣ ਅਤੇ ਆਫਿਸਰ ਪਹਿਲਾਂ ਤੁਹਾਡੇ ਕੋਲ ਹੁਕਮ ਲਵੇ ਆਕਾ ਵੀ ਮੈਂ ਅਟੈਕ ਕਰਾਂ ਜਾਂ ਨਾ ਕਰਾਂ ਮੈਂ ਐਕਸ਼ਨ ਲਵਾਂ ਜਾਂ ਨਾ ਲਵਾਂ ਹੈ ਨਾ MLA ਜੀ ਹੋਏ ਤੁਸੀਂ ਪ੍ਰੋਟੋਕਾਲ ਕੀ ਕਹਿੰਦਾ ਕਾਨੂੰਨ ਕੀ ਕਹਿੰਦਾ ਕਾਨੂੰਨ ਇਹ ਕਹਿੰਦਾ ਵੀ ਜਿਹੜੀ ਉਹ ਅਫਸਰ ਆ ਉਹ ਗਜ਼ਟਡ ਅਫਸਰ ਆ ਗਜ਼ਟਡ ਉਹਦੇ ਕੋਲ ਜੱਜ ਦੀਆਂ ਪਾਵਰਾਂ ਹੈਗੀਆਂ ਨੇ IPS ਅਫਸਰ ਆ ਲੇਡੀ ASP ਨਵੀਂ ਨਵੀਂ ਭਰਤੀ ਉੱਤੇ ਆਈ ਹੈ ਉਹ ਕਿਉਂ ਪੁੱਛਿਆ MLA ਨੂੰ MLA ਨੂੰ ਜਵਾਬ ਦੇ ਨਹੀਂ ਹੈਗੀ ਉਹ ਜਵਾਬ ਸਿਰਫ ਸਿਰਫ ਆਪਣੇ DGP ਨੂੰ ਆ ਆਪਣੀ ਹਰ ਅਥਾਰਟੀ ਨੂੰ ਕਿਸੇ ਵੀ ਸਿਆਸੀ ਆਗੂ ਨੂੰ ਮੁੱਖ ਮੰਤਰੀ ਤੱਕ ਜਵਾਬ ਦੇ ਦੇਗੀ ਜੇ ਜਵਾਬ ਦੇਣਾ ਤੇ DGP ਦੇਵੇ ਜਾਂ SSP ਦੇਵੇ ਮੁੱਖ ਮੰਤਰੀ ਜੀ ਪੁੱਛਦਾ ਕੀ ਗੱਲ ਕੀਤੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੰਟਰੋਲ ਕਰਨੀ ਪੁਲਿਸ ਜਿਹੜੀ ਏਜੰਸੀ ਉਹਦੇ ਕੋਲ ਇੰਡੀਪੈਂਡੈਂਟ ਚਾਰਜ ਹੈ ਬਸ ਹੁਣ ਉਹ ਬੀਬੀ ਤੇ ਗੱਲ ਕਹਿ ਗਈ ਉਹਨੂੰ ਮੱਧ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਮੀਂਹ ਪਿਆ ਪਾਣੀ ਖੜ ਗਿਆ ਤੇ ਉੱਥੇ ਜਾ ਕੇ ਜਿਹੜੀ ਸੀ ਇੱਕ SG ਮਿਲ ਜਿਹੜੀ ਆ ਉਹ ਜਾ ਕੇ ਕਹਿੰਦੀ ਆ ਵੀ ਭਾਈ ਠੀਕ ਹੈ ਮੈਂ ਇੱਥੇ ਮੁਕਾ ਦਿੰਦੀ ਹਾਂ ਆਪਣੇ ਟੈਂਕਰ ਛਿੰਦੇ ਮੁਕਾ ਦਿੰਦੀ ਪੰਪ ਮੁਕਾ ਦਿੰਦੀ ਪਾਣੀ ਕੱਢ ਦਿੰਦੇ ਉਹ ਪਾਣੀ ਮੁਕਾ ਕੇ ਕੱਢਣ ਲੱਗਦੀ ਆ ਤੇ ਉੱਥੇ ਸਾਬਕਾ MLA ਆ ਜਾਂਦਾ BJP ਦਾ ਕਹਿੰਦਾ ਜੀ ਇਹਨੂੰ ਕੰਮ ਨੂੰ ਬੰਦ ਕਰੋ ਉਹ ਕਹਿੰਦੀ ਕਿਉਂ ਬੰਦ ਕਰੀਏ ਇਹ ਸਾਨੂੰ ਕਿਹਨੇ ਪੁੱਛਿਆ ਗਿਆ ਔਰ ਜਿਹੜੀ ਉਹਦੇ SDM ਦੀ ਲਾਹਭਾਤ ਦਿੱਤੀ ਬੇਇੱਜ਼ਤੀ ਕੀਤੀ ਫਰਕ ਉੱਥੇ ਉਹਨੇ
ਉਹਨੇ ਕਿ ਜਾ ਤੂੰ ਜਾਂ ਤੇਰਾ ਮੁੱਖ ਮੰਤਰੀ ਜੋ ਕਰਨਾ ਕਰ ਲਓ, ਮੈਂ ਪਰਵਾਹ ਨਹੀਂ ਕਰਦੀ, ਮੈਂ ਜਨਤਾ ਵਾਸਤੇ ਪੁਆਇੰਟ ਕੀਤੀ ਹੈ, ਮੈਂ ਜਨਤਾ ਦੇ ਵਾਸਤੇ ਕਹਿੰਦੀ, ਮੈਂ ਜਨਤਾ ਦੇ ਕੰਮ ਕਰੂੰ, ਬਿਲਕੁਲ ਜਾਂ ਜੋ ਕਰਨਾ ਕਰਨਾ ਮੈਨੂੰ ਪਰਵਾਹ ਨਹੀਂ, ਜਿਹੜੀ ਬਦਲੀ ਮੇਰੀ ਕਿਉਂ ਕਰਾ ਦਿੱਤੀ ਉਹਦੀ ਵੀਡੀਓ ਦੇ ਬਾਰੇ ਵੀ ਬਗੈਰ ਤੋਂ ਜਿੱਦਾਂ ਬੋਲਦੀ ਤੇ ਲੋਕ ਉਹਨੂੰ ਕਹਿਣ ਦੇ ਦੀ ਦੱਸਣ ਦੇ ਵੀ ਮੈਡਮ ਮੈਂ ਸੋਚ ਤੂੰ ਚਿੰਤਾ ਮਤ ਕਰੋ, ਮੈਂ ਆਪ ਜਹਾਂ ਖੜੀ ਹਾਂ, किसी अफसर को नहीं भेजा, मैं आप जहां खड़ी हूं आपका काम निपटा के निपटा भी दू। इस करके इन्होंने पता ही नहीं गा, पहली गल तो किसी भी एमएलए कोई अधिकार नहीं जाके तुसी थाने चेकिंग करो, तुहाडे कोल कोई अधिकार नहीं तुसी जाके हॉस्पिटल चेकिंग करो, जे तुहाडे कोल शिकायत आई है कोई तो तुसी बकायदा तौर पर कंसर्न अथॉरिटी को कह दी शिकायत आई है निपटारा जी थोड़ा मैं छोटी जी गल दस लगा SDPC की गल SDPC के एक मैंबर एक बंदे मुलाजम फाइल लाऊंगे रेफरी कर दिया कहता यू आर सस्पेंडेड अगवा हस पिया कहना ठीक है जी कोई गल नहीं मैनेजर को कहना सस्पेंड कर दे कहता जी अभी पड़ताल करा एक कमेटी आऊगी फिर देखना जी बंदा कहना तू कहीं गल कह सकता कहना जी मेरे पावर नहीं सस्पेंड कर दी और आंदा वो जाके कहना दौड़े कि वेखो जी असि मैंबर बने इनी मेहनत की थी है जे साडे को किसी सस्पेंड करने की पावर नहीं हैगी तो फिर असं मैंबर कहते हैं हाउस दे विच टौड़े ने अपनी हाउस की अगवाई करदे निकल के सी मैंबर साहब तुहाडे कोल किसी नूं सस्पेंड करने की कोई पावर नहीं हैगी, शिकायत कर सकते हो एडीपी ने आ गलत काम किया फिर कार्रवाई की तो दफ्तर कार्रवाई करूंगा सैकटरी करूंगा, इस करके वह फिर वह थले आ गया ना ਅਸੀਂ ਪੰਜ ਪੰਜ ਲੱਖ ਰੁਪਇਆ ਲਾ ਕੇ ਅਸੀਂ ਮੈਂਬਰ ਬਣੇ ਆ ਤੇ ਸਾਨੂੰ ਪਾਵਰ ਹੀ ਕੋਈ ਨੀ। ਉਦੋਂ ਬਾਅਦ ਇੱਕ ਉੱਠਿਆ ਫਿਰ ਹਰਿਆਣੇ ਦਾ ਮੈਂਬਰ, ਉਹ ਕਹਿੰਦਾ ਟੌੜਾ ਸਾਹਿਬ ਜੇ ਮੈਂਬਰਾਂ ਕੋਲ ਸਾਡੇ ਕੋਲ ਪਾਵਰ ਨਹੀਂ ਕੋਈ ਹੈਗੀ ਤੇ ਅੱਜ ਤੋਂ ਬਾਅਦ ਤੁਹਾਡੇ ਨਾਲ ਮੈਂ ਕਮਿਟ ਕਰਦਾ ਵੀ ਮੈਂ ਇਸ ਹਾਲ ਤੋਂ ਬਾਹਰ ਨਹੀਂ ਆਊਂ, ਜਿੱਥੇ ਵੀ ਗੁਰੂ ਘਰ ਦੇ ਵਿੱਚ ਹੇਰਾਫੇਰੀ ਹੋਊਗੀ ਜਿੱਥੇ ਵੀ ਮਰਿਆਦਾ ਦੀ ਲੰਘਣਾ ਹੋਊਗੀ ਜਾਂ ਮੈਂ ਹੈ ਨੀ ਤੇ ਜਾਂ ਉਹ ਹੈ ਨੀ, ਦੋ ਜਿੱਥੇ ਹੈ ਚੌੜਾ ਕਹਿੰਦਾ ਤੇਰੀ ਮਰਜ਼ੀ ਵੀ ਜੋ ਕਰਨਾ ਕਰਨਾ, ਇਸ ਕਰਕੇ ਇਹਨਾਂ ਨੂੰ ਪਤਾ ਹੀ ਨਹੀਂ ਐਮਐਲਏ ਨੂੰ ਸਾਡੀ ਪਾਵਰ ਕੀ ਹੈ, ਅਸੀਂ ਕੰਮ ਕਿਹੜਾ ਕਰ ਸਕਦੇ ਹਾਂ, ਤੁਹਾਡੇ ਕੋਲ ਭਾਈ ਵੈਲਫੇਅਰ ਦਾ ਕੰਮ ਤੁਸੀਂ ਕਾਨੂੰਨ ਬੋਲਣੇ ਆ ਇੰਪਲੀਮੈਂਟ ਉਹਨੂੰ ਕਾਰਜਪਾਲਕਾਂ ਨੇ ਕਰਨਾ ਵਾ, ਜੇ ਕੋਈ ਵਗਿਆ ਹੁੰਦੀ ਤੇ ਨਿਆਂਪਾਲਕਾਂ ਨੇ ਉਹਦੀ ਜਿਹੜੀ ਕਾਰਵਾਈ ਕਰਨੀ ਹੈ ਤੇ ਮੀਡੀਆ ਨੇ ਤੁਹਾਨੂੰ ਸਾਰਿਆਂ ਨੂੰ ਨੰਗੀਆਂ ਕਰਨਾ ਤੁਸੀਂ ਕੀ ਕਰਦੇ। 9058131320 ਸਾਡੇ ਟੈਕਨੀਸ਼ੀਅਨ ਲਗਾਤਾਰ ਲੱਗੇ ਹੋਏ ਨੇ ਉਸ ਮੈਡਮ ਸ਼ੀਨਾ ਦੇ ਨਾਲ ਜਿਹੜੀ MLA ਹੈ ਹਲਕਾ ਦੱਖਣੀ ਵਿਧਾਇਕ ਲੁਧਿਆਣਾ, ਉਹਨਾਂ ਦੇ ਇੱਕ PA ਨੇ ਫੋਨ ਚੱਕਿਆ ਹੈ ਪਰ ਜਿਹੜਾ ਨੰਬਰ ਉਹ ਕਹਿੰਦੇ ਕਿ ਮੈਂ ਕੋਠੀ 'ਚ ਨਹੀਂ ਹੈਗਾ ਅਤੇ ਦੂਜਾ ਨੰਬਰ ਦੇ ਦਿੱਤਾ ਕਿਉਂਕਿ ਤਾਰਾਂ ਖੜਕ ਜਾਂਦੀਆਂ ਨੇ ਜਦੋਂ ਅਨਾਊਂਸ ਕਰ ਦਿਉ ਫਿਰ ਮਿੰਟੋ ਮਿੰਟੀ ਵੇਖਿਓ ਕਿਤੇ ਹਾਂਜੀ ਵੀ ਇੱਥੇ ਦੋ ਦਿਨ ਚਾਰਜ ਏ, ਹੁਣ ਉਹ ਫੋਨ ਨਹੀਂ ਚੱਕਦੇ ਜਿਹੜਾ ਨੰਬਰ ਦਿੱਤਾ ਅਤੇ ਜਿਹੜਾ ਨੰਬਰ ਤੁਹਾਨੂੰ ਦਿੱਤਾ ਹੈ ਉਹ ਨੰਬਰ 'ਤੇ ਜਿਹੜਾ ਬੰਦਾ ਫੋਨ ਕਰਦਾ ਕਹਿੰਦਾ ਮੈਂ ਬਾਹਰ ਹਾਂ ਉਹ ਜਾਂ ਟੱਪਲਾ ਮਾਰ ਰਿਹਾ ਸਾਨੂੰ ਸਾਰਾ ਕੁਛ ਸਮਝਦੇ ਹਾਂ ਪਰ ਅਸੀਂ ਤੁਹਾਡੀ ਕਚਹਿਰੀ 'ਚ ਰੱਖ ਦਿੱਤਾ। 9058131320 ਚਲੋ ਅਸੀਂ ਅਫਸਰ ਨਾਲ ਗੱਲ ਕਰ ਲਵਾਂਗੇ ਕੱਲ੍ਹ ਨੂੰ ਨੰਬਰ ਲੱਭ ਕੇ ਕਿ ਤੁਹਾਨੂੰ ਆਪਣੇ ਜਿਹੜੇ ਅਧਿਕਾਰ ਹੈ ਉਹਨਾਂ ਤੋਂ ਪੂਰੀ ਤਰ੍ਹਾਂ ਤੁਸੀਂ ਜਾਣੂ ਹੋ ਜਾਂ ਤੁਸੀਂ ਝਿਜਕੇ ਉੱਥੇ ਜਾਂ ਤੁਸੀਂ ਰਿਸਪੈਕਟ ਕੀਤੀ ਹੈ, ਕੱਲ੍ਹ ਨੂੰ ਕੋਈ ਬੰਦਾ ਤੁਹਾਨੂੰ ਹੋਰ ਵੀ ਖੜਾ ਹੋ ਸਕਦਾ। ਵੇਖੋ ਗੱਲ ਇਹ ਹੈ ਕਿ ਉਹ ਵੀਡੀਓ ਜਿਹੜੀ ਵੀਡੀਓ ਹੈ ਨਾ ਪੱਟੀ ਸਾਹਿਬ ਵਾਲੀ ਗਿੱਲ ਸਾਹਿਬ ਵਾਲੀ ਉਸ ਵੀਡੀਓ ਦੇ ਵਿੱਚ ਵੀ ਅੱਗੋਂ ਅਫਸਰ ਸਰਜੀ ਭਾਜੀ ਭਾਜੀ ਕਰ ਰਿਹਾ ਹੈ ਨਾ ਗੱਲ ਤੇ ਆ ਚੱਕ ਕਰਦਾ ਵੀ ਸਾਡੀ ਬਦਲੀ ਨਾ ਹੋ ਜਾਏ, ਇਹਨਾਂ ਨੂੰ ਇਹ ਬਦਲੀ ਦਾ ਡਰ ਹੈ ਹੋਰ ਕੋਈ ਗੱਲ ਨਹੀਂ ਤੇ ਬਦਲੀ ਇਹਦੀ ਹੁਣ ਵੀ ਹੋ ਜਾਣੀ ਹੈ ਕਿਉਂਕਿ ਇੰਨੀ 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 ਵਾਇਰਲ ਹੋਣ ਤੋਂ ਬਾਅਦ ਹੁਣ ਇਹ ਭਗਤ ਮਾਨ ਵਾਸਤੇ ਪਰਖ ਦੀ ਘੜੀ ਹੋਊਗੀ। ਅੱਛਾ ਸਵਾਲ ਇੱਕ ਬੜਾ ਆਇਆ ਵਾ ਪਾਟੀ ਸਾਹਿਬ ਅਗਲਾ ਕੁਐਸਚਨ ਕਰਨਾ ਵਾ, ਇੰਦਰਾ ਗਾਂਧੀ ਏਅਰਪੋਰਟ ਤੇ ਸਿੱਖ ਯਾਤਰੀਆਂ ਤੋਂ 45 ਪਿਸਤੌਲ ਬਰਾਮਦ ਹੋਏ ਨੇ, ਇਹ ਬਾਹਰੋਂ ਆਏ ਸੀ ਯਾਤਰੀ ਜਾਂ ਡੋਮੈਸਟਿਕ ਫਲਾਈਟ ਸੀ ਜਾਂ ਜਾ ਰਹੇ ਸੀਗੇ? ਇਹ ਵੀਅਤਨਾਮ ਤੋਂ ਆਏ ਸੀ। ਅੱਛਾ ਉੱਥੋਂ ਵਾਲੀ ਪੁਲਿਸ ਨੇ ਉੱਥੇ ਕੋਈ ਇਨਕੁਆਇਰੀ ਨਹੀਂ ਕੀਤੀ? ਉੱਥੇ ਕੋਈ ਨਹੀਂ, ਇਹਨਾਂ ਦੇ ਭਰਾ ਨੇ ਇਹਨਾਂ ਨੂੰ ਬੈਗ ਦਿੱਤਾ ਸੀ ਵੀ ਆਹ ਬੈਗ ਲੈ ਜਾਓ, ਇਹ ਪਹਿਲਾਂ ਵੀ ਮੇਖਰ ਤੇ ਕਿਹੜੇ ਕੰਟਰੀ ਚਾਹੇ ਉਦੋਂ ਵੀ ਇਹਨਾਂ ਪਿਸਤੌਲ ਫੜੇ ਗਏ ਸੀ, ਹਾਲ ਵੀ ਖੜੀ ਉਹਨਾਂ ਪਿਸਤੌਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਵੀ ਇਹ ਪਿਸਤੌਲ ਉਹ ਜਿਹੜੇ ਆਮ ਤੌਰ ਤੇ ਨਿਸ਼ਾਨਾ ਨਹੀਂ ਲਾਉਂਦੇ ਹੁੰਦੇ ਉਹ ਪਿਸਤੌਲ ਨੇ ਕਿ ਅਸਲੀ ਪਿਸਤੌਲ। ਅੱਛਾ ਏਅਰ ਗਨ, ਏਅਰ ਗਨ ਇਹਨਾਂ ਦੀ 22 ਲੱਖ ਦੇ ਕਰੀਬ ਕਿੰਨੂ ਬਣਦੀ ਹੈ, ਅੱਗੇ ਵੇਖੋ ਵੀ ਇਹਦੀ ਪੜਤਾਲ ਤੋਂ ਬਾਅਦ ਕੀ ਸਮਝਦੇ, ਪੜਤਾਲ ਅਜੇ ਹੋ ਗਈ ਆ, ਇਹ ਵੀਅਤਨਾਮ ਤੋਂ ਆਏ ਸੀਗੇ, ਚਲੋ ਵੇਖਦੇ ਕੀ ਬਣਦਾ ਕੀ ਨਹੀਂ ਬਣਦਾ, ਲੇਕਿਨ ਜਿਹੜੀ ਫਾਈਲ ਹੈ ਪੁਲਿਸ ਨੇ ਠੀਕ ਆ ਕਿਉਂਕਿ ਉੱਥੇ ਹਥਿਆਰ ਤੇ ਮੇਰੇ ਖਿਆਲ
चंगे वेले गन्ना डिकलेयर करके लाके जाओ जी ए जाके मिलती है जमा कर लेंगे मतलब जो बहरला गन भी लैके जानी है रजिस्टर करा के लैके जाते हो मैं फॉरन वाला लैके जाना हथियार बकायदा चाड़ के लैके जमा करा के तुम उथे मिलना बिलकुल बिलकुल मिनट दो ने इधर लाइन फ्लैश हो रही है धी ना बलात करने वाले बापू बारे करांगे गल कल सवेरे गुड मॉर्निंग शो दे विच वेलकम जी क्विकली वीर जी अपने को डेढ़ मिनट है हेलो जी चावला जी मेरा नंबर जी हाँ जी हाँ जी जी हाँ जी पट्टी साहब सर मैं तो यही थोड़े न गल कर रही जिस तरह बेचारी आईपीएस लड़की को उस वेले पहले भी चल रहे ने गल कर पूरा हथियार रेस्ट करने का नमी सी बेचारी लिहाज कर गई या कि कुछ भी समझ लो गवर्नमेंट ड्यूटी के इंटरवीन करते नॉन बिलेबल ऑफेंस है जो उस एम एल ए लेडी ने किया ठीक गल है जी कि नहीं ठीक गल बिल्कुल ठीक है मैं होर लूंगा तो चावला जी अपना जोड़ा अपने नॉन इंडियन है तुम अगर इंडिया का सिटीजन नहीं है तो तुम कोई वैपन नहीं लैके कैरी नहीं कर सकते सर इंडिया नहीं इंडियन मैं नहीं कह रहा कि इंडिया के सिटीजन नहीं तुम है मैं तुम जो इंडियन जे पी आर से पहला लैके जाते थे जो पी आर सी परमानेंट रेजिडेंस तुसी है इतों तुसी हथियार कई बंदे लैके गए ने अपने लाइसेंस दे चाड़ के तुसी इतों हथियार जो ऑर्डर करके लैके गए ने पहला हुण शायद ला चेंज हो गया ठीक है अच्छा हाँ जी पहलिया दे विच मैं गल मही हुण देखो बनवे दे आए है मुंडा ब्याह लिया जी ला समय दा समय 9/11 तो बाद चेंज होंदे ने क्यों पट्टी साहब बिलकुल 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 उदो लैके जांदे रहे ने लोक वीर जी मेहरबानी थैंक यू डिकलेयर वो जिहड़ा हुंदा ना एयर गन जिहड़ी मतलब जानवर मारन वाली वो इत्थों कैनेडियन टायर तो भी मिलदी है कईआं ने लैके गए ने उत्थे लैके जांदे रहे ने पहलां तुसीं कैरी कर सकदे सीगे ते एनीवे बहुत बहुत धन्नवाद पट्टी साहब सवेरे मिलदे आ फिर शुक्रिया रब राखा तुसीं सुन रहे हो चावला न्यूज़ नेटवर्क टोरंटो CNN टोरंटो